ਬਾਬਾ ਜੀ ਮੇਰਾ ਕੁਸ਼ਚਨ ਇਹ ਹੈ ਵੀ ਇੱਕ ਤਾਂ ਦੁੱਖ ਕਰਮਾਂ ਦੇ ਆਉਂਦੇ ਹੈ ਅਤੇ ਇੱਕ ਕਿਰਪਾ ਨਾਲ ਵੀ ਦੁੱਖ ਆਉਂਦਾ ਹੈ। ਬੇਟਾ ਸਭ ਹਿਸਾਬ ਕਿਤਾਬ ਕਰਮਾਂ ਦਾ, ਉਹਨੂੰ ਆਪਾਂ ਦੁੱਖ ਮੰਨੀਏ ਸੁੱਖ ਮੰਨੀਏ ਇਹ ਸਾਡੀ ਪਹਿਚਾਣ ਦੀ ਗੱਲ ਹੈ, ਹੈ ਸਭ ਕਰਮਾਂ ਦਾ ਹਿਸਾਬ ਕਿਤਾਬ। ਸੋ ਆਪਾਂ ਤਾਂ ਜਿਵੇਂ ਕਹਿੰਦੇ ਨੇ ਜੋ ਵੀ ਮਾਲਕ ਦਾ ਦਿੱਤਾ ਉਹ ਪ੍ਰਸ਼ਾਦ ਹੈ। ਸੋ ਮਾਲਕ ਨੇ ਭਾਵੇਂ ਦੁੱਖ ਦਿੱਤਾ ਸੁੱਖ ਦਿੱਤਾ ਆਪਾਂ ਤਾਂ ਪ੍ਰਸ਼ਾਦ ਮੰਨ ਕੇ ਚੰਗਾ ਹੀ ਸਮਝਣਾ। ਬਾਬਾ ਜੀ ਮੇਰਾ ਦੂਜਾ ਕੁਸ਼ਚਨ ਇਹ ਹੈ ਵੀ ਇੱਕ ਗਲਤੀ ਕਰਕੇ ਅਸੀਂ ਵੀ ਕੋਈ ਕਿੱਥੋਂ ਆਉਂਦਾ ਕੋਈ ਕਿੱਥੇ ਹੁੰਦਾ, ਅਸੀਂ ਗਲਤੀ ਕਰਕੇ ਚਲੇ ਜਾਈਏ ਤਾਂ ਫਿਰ ਉਹ ਗਲਤੀ ਦਾ ਹਿਸਾਬ ਕਿੱਦਾਂ ਨਿਪਟੇ ਅਤੇ ਕਿੰਨਾ ਕੁ ਚਿਰ ਉਹਦਾ ਭੁਗਤਾਨ ਦੇਣਾ ਪੈਂਦਾ? ਬੇਟਾ ਗਲਤੀ ਤਾਂ ਇਨਸਾਨ ਹੀ ਕਰੂਗਾ ਔਰ ਹੋਊਗੀ ਗਲਤੀ, ਆਪਣੇ ਵਿੱਚੋਂ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਜੀ ਮੇਰੇ ਵਿੱਚ ਕੋਈ ਔਗਣ ਨਹੀਂ ਤਾਂ ਮੈਂ ਕਦੇ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕੀਤੀ। ਆਪਾਂ ਗਲਤੀਆਂ ਦੇ ਪੁਤਲੇ ਹਾਂ ਮਗਰ ਉਹ ਵੀ ਬਖਸ਼ਣਹਾਰ ਹੈ। ਜੇ ਗਲਤੀ ਕਰਕੇ ਸਿੱਖਾਂਗੇ ਸਹੀ ਰਸਤਾ ਅਪਣਾਵਾਂਗੇ ਉਹਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ। ਪ੍ਰੋਬਲਮ ਤਾਂ ਆਉਂਦੀ ਹੈ ਬੇਟਾ ਆਪਾਂ ਸਿੱਖਦੇ ਨਹੀਂ, ਆਪਾਂ ਮਾਫ਼ੀ ਮੰਗ ਕੇ ਫਿਰ ਉਹੀ, ਮਾਫ਼ੀ ਮੰਗ ਕੇ ਫਿਰ ਉਹੀ, ਇਸ ਕਰਕੇ ਬੋਝ ਸਾਨੂੰ ਚੁੱਕਣਾ ਪੈਂਦਾ। ਜੇ ਆਪਾਂ ਸਿੱਖਾਂਗੇ ਉਹਦੀ ਬਖਸ਼ਿਸ਼ ਹੀ ਬਖਸ਼ਿਸ਼। ਬਾਬਾ ਜੀ ਭਜਨ ਸਿਮਰਨ 'ਤੇ ਬੈਠਦੇ ਹਾਂ ਨਾ ਅਤੇ ਇੰਨਾ ਬਿਠਾਓ ਹੁੰਦਾ ਨਹੀਂ ਗਾ, ਡੋਲਦਾ ਰਹਿੰਦਾ ਮਨ, ਤਨ ਵੀ ਡੋਲਦਾ ਰਹਿੰਦਾ। ਨਹੀਂ ਮਨ ਆਪਣੀ ਆਦਤ ਤੋਂ ਮਜ਼ਬੂਰ ਹੈ। ਹੁਣ ਤੁਸੀਂ ਦੇਖਣਾ ਕਿ ਸਾਰੀ ਉਮਰ ਆਪਾਂ ਮਨ ਦੀ ਚਾਕਰੀ ਕਰਨੀ ਹੈ ਕਿ ਖੁਦ ਮੁਖਤਿਆਰ ਹੋਣਾ? ਘਰ ਵਿੱਚ ਤੁਸੀਂ ਦੂਜਿਆਂ ਦੀ ਚਾਕਰੀ ਕਰਨੀ ਹੈ ਕਿ ਤੁਸੀਂ ਆਪਣਾ ਰਾਜ ਚਲਾਉਣਾ? ਬਾਬਾ ਜੀ ਦਇਆ ਕਰੋ, ਦਇਆ ਤੁਸੀਂ ਆਪਣੇ ਉੱਤੇ ਕਰਨੀ ਹੈ। ਤੁਹਾਡੇ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੋਣ ਵਾਲਾ। ਅੱਛਾ।